ਕੋਈ ਹੋਰ ਸੁਖਬੀਰ ਸਿੰਘ ਬਾਦਲ ਤੋਂ ਸਾਂਭ ਨਹੀਂ ਸਕਦਾ ਸ਼੍ਰੋਮਣੀ ਅਕਾਲੀ ਦਲ। ਇਹ ਬਿਆਨ ਸੁਖਜਿੰਦਰ ਸਿੰਘ ਰੰਧਾਵਾ ਇੱਕ ਨਿੱਜੀ ਚੈਨਲ 'ਚ ਬੈਠ ਕੇ ਇੰਟਰਵਿਊ ਦਿੰਦੇ ਨਜ਼ਰ ਆਏ ਨੇ। ਇਸ ਬਿਆਨ ਦੇ ਵਿੱਚ ਇਹ ਤਾਂ ਕਲੀਅਰ ਹੋ ਗਿਆ ਕਿ ਮਨਸ਼ਾ ਕੀ ਹੈ, ਕਹਿਣਾ ਕੀ ਚਾਹੁੰਦੇ ਨੇ, ਪਰ ਗੱਲ ਇੱਥੇ ਖੜਦੀ ਹੈ ਕਿ ਹੁਣ ਤੱਕ ਜਿਹੜੀਆਂ ਕਮੇਟੀਆਂ ਬਣੀਆਂ, ਹੁਣ ਤੱਕ ਜਿਹੜੀਆਂ ਬਗਾਵਤਾਂ ਉੱਠੀਆਂ, ਕੀ ਉਹ ਬੇਬੁਨਿਆਦ ਸਨ? ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਜਿਵੇਂ ਹੇਠਾਂ ਡਿੱਗਿਆ, ਕੀ ਉਹ ਸਾਰੀਆਂ ਗੱਲਾਂ, ਉਹ ਸਾਰੇ ਗ੍ਰਾਫ, ਉਹ ਸਾਰੇ ਸਟੈਟਸ ਬੇਬੁਨਿਆਦ ਨੇ? ਸੁਖਜਿੰਦਰ ਰੰਧਾਵਾ ਕਿਸ ਆਧਾਰ ਦੇ ਉੱਤੇ ਗੱਲ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਕੋਈ ਚਲਾ ਨਹੀਂ ਸਕਦਾ? ਮੌਜੂਦਾ ਸਥਿਤੀ ਕੀ ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਮਾੜੀ ਹੈ ਕਿ ਉਸ ਦੇ ਵਿੱਚ ਕੋਈ ਵਧੀਆ ਲੀਡਰ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਲੱਭ ਸਕਦਾ? ਸੁਖਬੀਰ ਸਿੰਘ ਬਾਦਲ ਨੂੰ ਜੇ ਵਧੀਆ ਲੀਡਰ ਵਜੋਂ ਸਿੱਧ ਕਰਨਾ ਵੀ ਹੈ ਸੁਖਜਿੰਦਰ ਰੰਧਾਵਾ ਨੇ, ਤਾਂ ਜ਼ਾਹਿਰ ਤੌਰ 'ਤੇ ਕੋਈ ਠੋਸ ਸਬੂਤ ਦੇਣੇ ਹੋਣਗੇ। 2015 ਤੋਂ ਬਾਅਦ ਜਿਸ ਹੱਦ ਤੱਕ ਨਿਘਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਇਆ ਹੁਣ ਤੱਕ ਆਉਂਦਿਆਂ, ਉਹ ਹਰ ਕਿਸੇ ਨੇ ਦੇਖਿਆ, ਔਰ ਕਿਹਨਾਂ ਪ੍ਰਸਥਿਤੀਆਂ ਦੇ ਵਿੱਚ ਉਹ ਵਾਪਰਿਆ ਆ, ਕਿੰਨੇ ਮੌਕੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਆਏ, ਔਰ ਕਿੰਨੇ ਮੌਕਿਆਂ ਨੂੰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਹੋਇਆਂ ਗ੍ਰੈਬ ਕਰ ਸਕਦੇ ਸਨ, ਉਹ ਹਰ ਕਿਸੇ ਨੇ ਦੇਖਿਆ, ਪਰ ਉਹਨਾਂ ਦੇ ਵਿੱਚੋਂ ਇੱਕ ਵੀ ਮੌਕਾ ਗ੍ਰੈਬ ਨਹੀਂ ਕੀਤਾ ਗਿਆ ਸਿਵਾਏ ਕਿਸਾਨ ਅੰਦੋਲਨ ਦੇ। ਕਿਸਾਨ ਅੰਦੋਲਨ ਦੇ ਵਿੱਚ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ, ਜਿਨ੍ਹਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਸੀ, ਉਦੋਂ ਉਹਨਾਂ ਕਿਸਾਨੀ ਬਿੱਲਾਂ ਨੂੰ, ਉਹਨਾਂ ਕਾਲੇ ਕਾਨੂੰਨਾਂ ਨੂੰ ਸਹੀ ਸਾਬਿਤ ਕੀਤਾ ਗਿਆ, ਸਹੀ ਸਿੱਧ ਕੀਤਾ ਗਿਆ, ਅਤੇ ਉਸ ਤੋਂ ਬਾਅਦ ਜਦੋਂ ਰੈਬੈਲੀਏਸ਼ਨ ਉੱਠੀ, ਉਦੋਂ ਇਹਨਾਂ ਨੇ ਪਾਰਟੀ ਤੋਂ, ਭਾਰਤੀ ਜਨਤਾ ਪਾਰਟੀ ਤੋਂ ਆਪਣਾ ਨਾਤਾ ਤੋੜ ਦਿੱਤਾ, ਆਪਣੇ ਅਸਤੀਫੇ ਉੱਥੇ ਜਾ ਕੇ ਸੌਂਪ ਦਿੱਤੇ ਗਏ ਐਮਪੀਸ਼ਿਪ ਦੇ। ਖੈਰ, ਉਹ ਸਭ ਕੁਝ ਹੋਇਆ, ਉਹ ਕਿਸੇ ਹੱਦ ਤੱਕ ਮਕਬੂਲ ਵੀ ਕੀਤਾ ਗਿਆ, ਪਰ ਤਾਂ ਵੀ ਫੈਸਲਾ ਇੰਨਾ ਕਿਤੇ ਇੰਡੈਂਟੇਸ਼ਨ ਨਹੀਂ ਪਾ ਸਕਿਆ ਉਸ ਨੈਰੇਟਿਵ ਦੇ ਵਿੱਚ, ਜਿਸ ਨੈਰੇਟਿਵ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਗਲਤ ਹੈ। ਜੇ ਗੱਲ ਕਰੀਏ ਸੁਖਜਿੰਦਰ ਰੰਧਾਵਾ ਦੇ ਬਿਆਨ ਦੀ, ਸਿਰਫ ਸੁਖਜਿੰਦਰ ਰੰਧਾਵਾ ਇਹ ਗੱਲ ਕਹਿੰਦੇ ਨਜ਼ਰ ਨਹੀਂ ਆ ਰਹੇ, ਖਬਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਇਹ ਦਾਅਵਾ ਕਰਦੇ ਪਏ ਨੇ ਸੁਖਬੀਰ ਸਿੰਘ ਬਾਦਲ ਜੇ ਨਾ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਹੋਵੇਗਾ। ਇੱਥੋਂ ਤੱਕ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਅੰਦਰ ਭਾਜਪਾ ਬੜੀ ਬੁਰੀ ਤਰ੍ਹਾਂ ਹਾਰੀ ਹੈ, ਸੁਨੀਲ ਜਾਖੜ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਬੜੀ ਬੁਰੀ ਬੁਰੀ ਤਰ੍ਹਾਂ ਹਾਰੀ ਹੈ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਬੜੀ ਬੁਰੀ ਤਰ੍ਹਾਂ ਹਾਰੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ, ਔਰ ਇਸ ਗੱਲ ਦੀ ਦਲੀਲ ਦਿੱਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਘੱਟੋ ਘੱਟ ਇੱਕ ਸੀਟ ਤਾਂ ਜਿੱਤੀ ਹੈ, ਪਰ ਇੱਥੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਆ ਕਿ ਜੇ ਇੱਕ ਸੀਟ ਤੁਹਾਨੂੰ ਮਿਲ ਵੀ ਗਈ ਹੈ ਤਾਂ ਉਹਦੇ ਵਿੱਚ ਕੋਈ ਜਸ਼ਨ ਮਨਾਉਣ ਦੀ ਗੱਲ ਨਹੀਂ ਹੈ, ਕਿਉਂਕਿ 10 ਲੋਕਾਂ ਦੀ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਗ੍ਰਾਫ ਜਿਹੜਾ ਬੀਜੇਪੀ ਦਾ ਆ ਉਹ ਵਧਿਆ ਆ, ਨਾ ਕਿ ਘਟਿਆ ਆ, ਔਰ ਘਟਣ ਵਾਲਾ ਕੌਣ ਹੈ? ਘਟਣ ਵਾਲਾ ਗ੍ਰਾਫ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹੈ। ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਪਰਸੈਂਟੇਜ ਦੇ ਵਿੱਚ ਜਿੰਨਾ ਫਰਕ ਨਜ਼ਰ ਆਉਂਦਾ ਹੈ, ਉਹ ਸਾਫ਼ ਪ੍ਰਤੀਤ ਹੋ ਜਾਂਦਾ ਹੈ ਕਿ ਆਖਿਰਕਾਰ ਕੌਣ ਕਿੱਥੇ ਸਟੈਂਡ ਕਰਦਾ। ਪਰ ਤਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਹ ਦਾਅਵਾ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਬੜਾ ਸੁਚਾਰੂ ਢੰਗ ਨਾਲ ਚੱਲਦਾ ਪਿਆ। ਹੁਣ ਇਹੋ ਜਿਹੀ ਸਥਿਤੀ ਬਣੀ ਹੋਈ ਹੈ, ਸੁਖਬੀਰ ਸਿੰਘ ਬਾਦਲ ਲੋਕ ਸਭਾ ਇਲੈਕਸ਼ਨ ਨਹੀਂ ਲੜਦੇ, ਹੁਣ ਤੱਕ ਫਿਰੋਜ਼ਪੁਰ ਸੀਟ ਦੇ ਉੱਤੋਂ ਆਪਣੀ ਦਾਅਵੇਦਾਰੀ ਠੋਕਣ ਵਾਲੇ ਸੁਖਬੀਰ ਸਿੰਘ ਬਾਦਲ ਲੋਕ ਸਭਾ ਇਲੈਕਸ਼ਨ ਨਹੀਂ ਲੜਦੇ। ਸਿਰਫ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਾਰੇ ਚਰਚਾ ਹੁੰਦੀ, ਉਹ ਵੀ ਐਂਡ 'ਤੇ ਆ ਕੇ ਫਾਈਨਲਾਈਜ਼ ਕੀਤਾ ਜਾਂਦਾ। ਹਰਸਿਮਰਤ ਕੌਰ ਬਾਦਲ ਲੜਨਗੇ ਨਹੀਂ ਲੜਨਗੇ, ਇਹਦੇ ਉੱਤੇ ਸੰਸੇ ਮੱਚੇ ਹੋਏ ਸੀ, ਯਾਨੀ ਕਿ ਬਾਦਲ ਪਰਿਵਾਰ ਨੂੰ ਇਹ ਅੰਦਰ ਖਾਤੇ ਪਤਾ ਸੀ ਕਿ ਲੋਕ ਹੁਣ ਉਹਨਾਂ ਨੂੰ ਕਬੂਲ ਨਹੀਂ ਕਰ ਰਹੇ, ਲੋਕ ਉਹਨਾਂ ਨੂੰ ਨਹੀਂ ਚਾਹੁੰਦੇ। ਤਾਂ ਵੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੁਰਸੀ ਜਿਹੜੀ ਹੈ ਉਹ ਨਹੀਂ ਛੱਡੀ।
ਖੈਰ ਜੋ ਸਥਿਤੀ ਬਣੀ ਹੋਈ ਹੈ, ਜੇ ਸੁਖਬੀਰ ਸਿੰਘ ਬਾਦਲ ਜਿੱਤਣ ਦੀ ਸਥਿਤੀ ਦੇ ਵਿੱਚ ਹੁੰਦੇ ਤਾਂ ਜ਼ਰੂਰ ਉਹ ਸੀਟ ਲੜਦੇ, ਪਰ ਉਹਨਾਂ ਨੂੰ ਪ੍ਰਤੀਤ ਹੋ ਗਿਆ ਸੀ ਕਿ 2022 ਦੇ ਵਿੱਚ ਹੋਇਆ ਕੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੋਵੇਂ ਆਪਣੀਆਂ ਸੀਟਾਂ ਗਵਾ ਚੁੱਕੇ ਸਨ। ਇਹਨਾਂ ਪ੍ਰਸਥਿਤੀਆਂ ਦੇ ਚੱਲਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਹੁਣ ਸਵਾਲ ਖੜਦਾ ਹੈ, ਕਿਉਂਕਿ ਬਹੁਤ ਸਾਰੇ ਲੀਡਰ ਇੱਦਾਂ ਦੇ ਨੇ ਜਿਨ੍ਹਾਂ ਨੇ ਆਫ ਦਾ ਕੈਮਰਾ, ਔਨ ਦਾ ਕੈਮਰਾ ਬਗਾਵਤੀ ਸੁਰਾਂ ਦੇ ਵਿੱਚ ਗੱਲ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਕੁਝ ਦੇਰ ਵਾਸਤੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ। ਜੇ ਇਹ ਵੀ ਕਿਹਾ ਜਾਵੇ ਕਿ ਉਦੋਂ ਲੀਡਰ ਉੱਥੇ ਮੌਜੂਦ ਨਹੀਂ ਸਨ, ਕਿਉਂਕਿ ਮਨਪ੍ਰੀਤ ਇਆਲੀ ਵਰਗੇ ਜਿਹੜੇ ਲੀਡਰ ਨੇ ਉਹ ਇਸ ਕਮੇਟੀ ਦਾ ਹਿੱਸਾ ਨਹੀਂ, ਪਰ ਜੇ ਤਾਂ ਵੀ ਇਹ ਸਥਿਤੀ ਬਣੀ ਵੀ ਸੀ ਤਾਂ ਮਨਪ੍ਰੀਤ ਇਆਲੀ ਦੇ ਬਿਆਨ ਨੂੰ ਘੱਟੋ ਘੱਟ ਗਾਂਹ ਤਾਂ ਤੋਰਨਾ ਚਾਹੀਦਾ ਸੀ। ਉੱਥੇ ਜਾ ਕੇ ਇੱਕ ਵਾਰ ਡਿਸਕਸ ਤਾਂ ਕਰਨਾ ਚਾਹੀਦਾ ਸੀ ਕਿ ਫਲਾਣਾ ਲੀਡਰ ਆਹ ਗੱਲ ਕਰਦਾ ਪਿਆ। ਇੱਦਾਂ ਦੀਆਂ ਗੱਲਾਂ ਤੋਂ ਬਾਅਦ, ਇੱਦਾਂ ਦੀਆਂ ਮੀਟਿੰਗਸ ਤੋਂ ਬਾਅਦ ਅਕਾਲੀ ਦਲ ਦੇ ਹੱਕ ਦੇ ਵਿੱਚ ਕੁਝ ਹੋਵੇ ਜਾਂ ਨਾ ਹੋਵੇ ਇਹ ਕੁਝ ਸਪਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਔਰ ਦੂਜੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹ ਜ਼ਰੂਰ ਮੇਰੇ ਨਾਲ ਆ ਕੇ ਡਿਸਕਸ ਕਰ ਸਕਦਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਪਾਂ ਦੁਬਾਰਾ ਮੀਟਿੰਗਸ ਸੱਦਾਂਗੇ, ਦੁਬਾਰਾ ਬੈਠਕਾਂ ਸੱਦਾਂਗੇ ਔਰ ਕਈ ਬੁੱਧੀਜੀਵੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਕਿ ਅਸੀਂ ਪਾਰਟੀ ਨੂੰ ਇੱਕ ਸੁਚਾਰੂ ਢੰਗ ਨਾਲ ਚਲਾ ਸਕੀਏ। ਪਰ ਗੱਲ ਅੰਦਰੋਂ ਇਹ ਵੀ ਸਾਹਮਣੇ ਆਈ ਹੈ ਕਿ ਇਹਨਾਂ ਸਭ ਚੀਜ਼ਾਂ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ। ਇਸ ਤੋਂ ਸਾਫ਼ ਪ੍ਰਤੀਤ ਹੋ ਜਾਂਦਾ ਹੈ ਕਿ ਸੁਖਬੀਰ ਬਾਦਲ ਅੰਦਰ ਕੁਰਸੀ ਦਾ ਮੋਹ ਕਿੰਨਾ ਕਿਆ, ਕਿੰਨਾ ਕੁਰਸੀ ਮੋਹ ਲੈ ਕੇ ਸੁਖਬੀਰ ਬਾਦਲ ਬੈਠੇ ਨੇ, ਪ੍ਰਧਾਨਗੀ ਫੜ ਕੇ ਬੈਠੇ ਨੇ। ਪਰ ਉਸ ਪ੍ਰਧਾਨਗੀ ਦੇ ਨਾਲ ਜੇ ਸ਼੍ਰੋਮਣੀ ਅਕਾਲੀ ਦਲ ਤਾਰ ਤਾਰ ਹੋ ਜਾਵੇ ਤਾਂ ਫਿਰ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ? ਜੇ ਉਹੀ ਲੀਡਰ ਜਿਹਨਾਂ ਨੂੰ ਫੜ ਫੜ ਕੇ ਸੁਖਬੀਰ ਬਾਦਲ ਵਾਪਸ ਲਿਆ ਰਹੇ ਨੇ ਉਹ ਦੁਬਾਰਾ ਵਾਪਸ ਚਲ ਜਾਣ, ਛੱਡ ਕੇ ਚਲ ਜਾਣ, ਜਿਹਨਾਂ ਨੂੰ ਲਿਆਂਦਾ ਗਿਆ ਉਹਨਾਂ ਦੇ ਵਿੱਚੋਂ ਬਹੁਤੇ ਤਾਂ ਫਿਰ ਚਲੇ ਗਏ ਅਤੇ ਬਾਕੀ ਜਿਹੜੇ ਬਗਾਵਤੀ ਸੁਰ ਚੱਕਦੇ ਪਏ ਉਹ ਵੀ ਸ਼ਾਇਦ ਕੱਲ੍ਹ ਨੂੰ ਚੱਲ ਜਾਣ, ਇਹਦੇ ਵਿੱਚ ਵੀ ਕੋਈ ਦੋ ਚਿੱਤੀ ਨਹੀਂ ਹੈ। ਹੁਣ ਨੂੰ ਕੁਝ ਵੀ ਹੋ ਸਕਦਾ, ਪਰ ਜੇ ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਨਿਸ ਤੋਂ ਨਾਬੂਤ ਹੋ ਜਾਵੇ ਤਾਂ ਉਹਦੀ ਜ਼ਿੰਮੇਵਾਰੀ ਕੀ ਸੁਖਬੀਰ ਸਿੰਘ ਬਾਦਲ ਚੱਕ ਲੈਣਗੇ? ਇਹ ਤਾਂ ਆਉਂਦਾ ਸਮਾਂ ਦੱਸੇਗਾ। ਫਿਲਹਾਲ ਇਹਨਾਂ ਪਰਿਸਥਿਤੀਆਂ ਦੇ ਚੱਲਦੇ ਹੋਏ ਹੁਣ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਵੀ ਇਹੀ ਸੁਰ ਬੋਲਦੇ ਨਜ਼ਰ ਆ ਰਹੇ ਨੇ, ਇਹੀ ਸੁਰ ਕੱਢਦੇ ਨਜ਼ਰ ਆ ਰਹੇ ਨੇ ਕਿ ਸੁਖਬੀਰ ਬਾਦਲ ਦੇ ਬਗੈਰ ਸ਼੍ਰੋਮਣੀ ਅਕਾਲੀ ਦਲ ਕੋਈ ਨਹੀਂ ਚਲਾ ਸਕਦਾ। ਖੈਰ ਇਸ ਦੇ ਵਿੱਚ ਸੱਚਾਈ ਕਿੰਨੀ ਆ ਲੋਕਾਂ ਨੂੰ ਪਤਾ, ਬੁੱਧੀਜੀਵੀਆਂ ਨੂੰ ਪਤਾ, ਜੋ ਵੀ ਹੋਊਗਾ ਆਉਂਦੇ ਸਮੇਂ ਨੂੰ ਦੱਸਦੇ ਰਹਾਂਗੇ। ਉਹ ਤੱਕ ਲਈ ਬਣੇ ਰੋਵਾਨ ਇੰਡੀਆ ਪੰਜਾਬੀ 'ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।